ਇਹ ਰੇਡ ਨਹੀਂ ਹੈ, ਪਹਿਲੇ ਤਾਂ ਇਹ ਰੇਡ ਸ਼ਬਦ ਘਟਾ, ਇਹ ਤਾਲਮੇਲ ਹੈ। ਠੀਕ ਹੈ, ਹਸਪਤਾਲ ਦੇਖਣਾ ਸਾਡਾ ਕੰਮ ਹੈ, ਡਾਕਟਰਾਂ ਨਾਲ ਮਿਲਣਾ ਕੰਮ ਹੈ, ਡਾਕਟਰਾਂ ਦੀ ਸਮੱਸਿਆ ਉਹ ਸਾਡੀ ਸੁਣਨ ਦਾ ਕੰਮ ਹੈ। ਪਹਿਲੇ ਮੈਂ ਡਾਕਟਰਾਂ ਦੀ ਔਰ ਸਟਾਫ ਦੀ ਜਿਹੜੀ ਵੀ ਸਮੱਸਿਆ ਉਹ ਹੱਲ ਕਰਦਾ, ਵੀ ਇਹਨਾਂ ਦੇ ਸਮੱਸਿਆ ਹੱਲ ਹੋਵੇ ਤਾਂ ਕਿ ਅੱਗੇ ਮਰੀਜ਼ਾਂ ਨੂੰ ਸਹੀ ਤਰੀਕੇ ਨਾਲ ਬਗੈਰ ਕਿਸੇ ਬਰਡਨ ਟੈਨਸ਼ਨ ਦੇ ਦੇਖ ਸਕਣ। ਤਾਂ ਹਸਪਤਾਲ 'ਚ ਰਾਊਂਡ ਕੀਤਾ, ਮਰੀਜ਼ ਦੇਖਿਆ, ਠੀਕ ਹੈ, ਸਾਫ਼ ਸਫਾਈ ਠੀਕ ਹੈ। ਥੋੜ੍ਹੀ ਜਿਹੀ ਗੱਲ ਹੈ ਕਿ ਜਿਹੜੇ ਸਪੈਸ਼ਲਿਸਟ ਡਾਕਟਰਾਂ ਡਿਊਟੀ ਲੱਗਣ ਕਰਕੇ ਮਾੜੇ ਜਿਹੇ ਮਰੀਜ਼ ਬਾਹਰ ਖੜ੍ਹੇ, ਕਿਉਂਕਿ ਜਦੋਂ ਰਾਤ ਨੂੰ ਡਿਊਟੀ ਦਿੰਦਾ ਉਹ ਡਾਕਟਰ ਫਿਰ ਆਉਂਦਾ ਨਹੀਂ। ਉਹ ਮੈਂ CMO ਨੂੰ ਕਹਿਤਾ ਕਿ EMO ਜਿਹੜੇ ਆ ਬਾਹਰ ਪਿੰਡਾਂ 'ਚੋਂ ਲੈ ਕੇ ਡਿਊਟੀ ਉਹਨਾਂ ਕੋਲ ਕਰਾਓ, ਜਿਹੜੇ ਸਪੈਸ਼ਲਿਸਟ ਡਾਕਟਰਾਂ ਕੋਲ ਐਮਰਜੈਂਸੀ ਡਿਊਟੀ ਨਾ ਕਰਾਈ ਜਾਏ। ਬਾਕੀ ਸਭ ਠੀਕ ਹੈ, ਉਹ ਤੁਹਾਡੇ ਰਾਹੀਂ ਕੋਈ ਗੱਲ ਹੈ, ਬਾਕੀ ਸਭ ਸਦਨਾਂ ਨੇ ਜਿਹੜੀ ਗੱਲਾਂ ਦੱਸੀਆਂ, ਕੋਈ ਸ਼ਿਕਾਇਤ ਹੈ, ਕੋਈ ਕੰਪਲੇਂਟ ਹੈ, ਉਹ ਇਨਕੁਆਇਰੀ ਕਰਾ ਕੇ ਉਹ ਜਿਹੜੀ ਹੈ ਉਹ ਦੂਰ ਕਰ ਦਿਆਂਗੇ, ਔਰ ਜਿਹਦੀ ਸ਼ਿਕਾਇਤ ਉਹਨੂੰ ਬੁਲਾ ਕੇ ਵਿੱਚ ਉਹਨੂੰ ਤਸੱਲੀ ਕਰਾਵਾਂਗੇ ਕਿ ਤੇਰੀ ਆਹ ਸ਼ਿਕਾਇਤ ਹੈ, ਤਾਂ ਇਹਦੇ 'ਚ ਆਹ ਸਰ ਆਹ ਕਾਰਵਾਈ ਹੈ। ਨਵੇਂ ਪ੍ਰੋਜੈਕਟ ਦਵਾਈਆਂ ਫਰੀ ਦੇ ਰਹੇ ਹਾਂ, ਬਿਲਕੁਲ ਸਰਕਾਰ ਕੋਈ ਦਵਾਈ ਦੇ ਪੈਸੇ ਨਹੀਂ ਲੈਂਦੀ। ਸਾਫ਼ ਸਫਾਈ ਦੀ ਗੱਲ ਅਸੀਂ ਕੀਤੀ ਹਸਪਤਾਲ ਦੇ, ਉਹ ਹੋ ਰਹੀ ਹੈ, ਡਾਕਟਰਾਂ ਦੀ ਘਾਟ ਅਸੀਂ ਪੂਰੀ ਕਰ ਰਹੇ ਹਾਂ, ਜਿੰਨੀ ਘਾਟ ਹੈ ਉਹ ਪੂਰੀ ਹੋ ਜਾਵੇ। ਸਪੈਸ਼ਲਿਸਟ ਡਾਕਟਰਾਂ ਦੀ ਘਾਟ ਹੈ, ਉਹ ਟਾਈਮ ਥੋੜ੍ਹਾ ਉਹਦੇ 'ਚ ਲੱਗੇਗਾ। MBBS ਡਾਕਟਰ, ਬਾਕੀ ਸਟਾਫ, ਕਿਸੇ ਚੀਜ਼ ਦੀ ਅਸੀਂ ਕਮੀ ਲੈਣ ਦੇ ਨਹੀਂ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਕੰਮ ਸਾਡੇ ਹੱਥ 'ਚ ਹੈ ਉਹ ਸਹੀ ਹੋ ਜਾਵੇ, ਆ ਨਾ ਹੋਵੇ ਵੀ ਅੱਗਾ ਦੌੜ ਪਿੱਛਾ ਛੋੜ, ਇਹ ਜੀ ਗੱਲ ਕਦੇ ਨਹੀਂ।